ਪ੍ਰਸ਼ਨ ਨੰਬਰ 7 ਦੇ ਵਿੱਚ ਸਾਨੂੰ ਇੱਕ ਵੰਗ ਦੀ ਸਹਾਇਤਾ ਦੇ ਨਾਲ ਚੱਕਰ ਬਣਾਉਣ ਲਈ ਕਿਹਾ ਗਿਆ ਹੈ ਤੇ ਚੱਕਰ ਦੇ ਬਾਹਰ ਕੋਈ ਬਿੰਦੂ ਲੈ ਕੇ ਉਸ ਦੇ ਉੱਪਰ ਸਪਰਸ਼ ਰੇਖਾ ਖਿੱਚਣੀ ਹੈ ਸੀ ਸੋ ਇਸ ਕੁਐਸਚਨ ਨੂੰ ਕਰਨ ਦੇ ਦੋ ਤਰੀਕੇ ਨੇ ਪਹਿਲਾਂ ਅਸੀਂ ਵੰਗ ਦੀ ਸਹਾਇਤਾ ਦੇ ਨਾਲ ਚੱਕਰ ਬਣਾ ਲੈਨੇ ਆ ਸੋ ਪਹਿਲਾ ਤਰੀਕਾ ਤਾਂ ਇਹ ਹੈ ਕਿ ਅਸੀਂ ਕੇਂਦਰ ਦੀ ਵਰਤੋਂ ਕੀਤੇ ਬਿਨਾ ਸਪਰਸ਼ ਰੇਖਾ ਦੀ ਰਚਨਾ ਕਰਾਂਗੇ ਦੂਸਰਾ ਹੈ ਕਿ ਅਸੀਂ ਕੇਂਦਰ ਦੀ ਵਰਤੋਂ ਕਰਾਂਗੇ ਪਹਿਲਾਂ ਕੇਂਦਰ ਪਤਾ ਕਰਾਂਗੇ ਸੋ ਇਹ ਸਾਡੇ ਕੋਲ ਚੱਕਰ ਹੈ ਇਸ ਦਾ ਸਾਨੂੰ ਕੇਂਦਰ ਨਹੀਂ ਪਤਾ ਹੈ ਹੁਣ ਤੱਕ ਜੋ ਅਸੀਂ ਕੁਐਸਚਨ ਕੀਤੇ ਸੀ ਉਹਨਾਂ ਸਾਰਿਆਂ ਦੇ ਵਿੱਚ ਸਾਨੂੰ ਜੋ ਚੱਕਰ ਦਾ ਸੈਂਟਰ ਸੀ ਕੇਂਦਰ ਸੀ ਸਰਕਲ ਦਾ ਸਾਨੂੰ ਪਤਾ ਸੀ ਸੋ ਅਸੀਂ ਬਾਹਰ ਇੱਕ ਪੁਆਇੰਟ ਪੀ ਲੈ ਲਏ ਨੇ ਸੋ ਪਹਿਲਾਂ ਜਦੋਂ ਅਸੀਂ ਕੁਐਸਚਨ ਕਰਦੇ ਸੀ ਤਾਂ ਸੈਂਟਰ ਨੂੰ ਪੁਆਇੰਟ ਪੀ ਦੇ ਨਾਲ ਮਿਲਾਉਂਦੇ ਸੀ ਤੇ ਉਸ ਦਾ ਹਾਫ ਕਰਦੇ ਸੀ ਬਟ ਇਸ ਟਾਈਮ ਸਾਨੂੰ ਇਸ ਕੁਐਸਚਨ ਦੇ ਵਿੱਚ ਸੈਂਟਰ ਜੋ ਹੈ ਉਹ ਪਤਾ ਨਹੀਂ ਹੈ ਕੇਂਦਰ ਨਹੀਂ ਪਤਾ ਸੋ ਅਸੀਂ ਕੀ ਕਰਨਾ ਹੈ ਪਹਿਲਾਂ ਅਸੀਂ ਪੁਆਇੰਟ ਪੀ ਦੇ ਉੱਤੋਂ ਇੱਕ ਛੇਦਕ ਰੇਖਾ ਖਿੱਚਣੀ ਹੈ ਜਿਸ ਨੂੰ ਅਸੀਂ ਸੈਕੈਂਟ ਵੀ ਬੋਲਦੇ ਹਾਂ ਭਾਵ ਪੁਆਇੰਟ ਪੀ ਤੋਂ ਕੋਈ ਵੀ ਲਾਈਨ ਡਰਾ ਕਰਦਣੀ ਹੈ ਜੋ ਸਰਕਲ ਨੂੰ ਕਿਸੇ ਦੋ ਪੁਆਇੰਟਸ ਦੇ ਉੱਪਰ ਕੱਟੇਗੀ ਪਰ ਇਹ ਸੈਂਟਰ ਦੇ ਵਿੱਚੋਂ ਦੀ ਨਹੀਂ ਜਾਏਗੀ ਇਸ ਨੂੰ ਅਸੀਂ ਬੋਲਦੇ ਹਾਂ ਛੇਦਕ ਰੇਖਾ ਸੈਕੈਂਟ ਸੋ ਇਹ ਦੋ ਪੁਆਇੰਟਸ ਦਾ ਨਾਮ ਲੈ ਲੈਂਦੇ ਅਸੀਂ A ਐਂਡ B ਸੋ ਸਾਡੇ ਪਾਸ P A B ਇੱਕ ਸੈਕੈਂਟ ਬਣ ਗਈ ਹੈ ਛੇਦਕ ਰੇਖਾ ਬਣ ਗਈ ਹੈ ਸੋ ਦੂਸਰਾ ਸਟੈਪ ਪਹਿਲੇ ਕੁਐਸਚਨ ਦੇ ਵਾਂਗ ਫਸਟ ਸਟੈਪ ਦੇ ਵਾਂਗ ਕਾਮਨ ਹੈ ਪਹਿਲਾਂ ਅਸੀਂ ਜੋ ਲਾਈਨ ਅਸੀਂ ਸੈਂਟਰ ਦੇ ਨਾਲ ਬਿਲਾਂਦੇ ਸੀ ਉਸ ਦਾ ਹਾਫ ਕਰਦੇ ਸੀ ਹੁਣ ਅਸੀਂ ਪੀਬੀ ਜੋ ਸਾਡੀ ਸੇਕੈਂਟ ਹੈ ਇਸ ਦਾ ਕੀ ਕਰਾਂਗੇ ਹਾਫ ਕਰਾਂਗੇ ਕੰਪਾਸ ਲੈਨੇ ਆਪਾਂ ਆਪਣੀ ਪ੍ਰਕਾਰ ਉਸ ਨੂੰ ਅਸੀਂ ਅੱਧ ਤੋਂ ਜ਼ਿਆਦਾ ਖੋਲਾਂਗੇ ਪੀ ਦੇ ਉੱਪਰ ਪਲੇਸ ਕਰਦੇ ਆ ਅੱਧੇ ਤੋਂ ਜ਼ਿਆਦਾ ਖੋਲਣਾ ਇਸ ਨੂੰ ਤੇ ਉੱਪਰ ਵੱਲ ਤੇ ਇੱਕ ਨੀਚੇ ਵੱਲ ਚਾਪ ਲਗਾ ਦੇਣੀ ਆਪਾਂ ਨੇ ਸੋ ਇਹ ਉੱਪਰ ਵੱਲ ਹੋ ਗਈ ਹੈ ਤੇ ਇਹ نیچے ਵੱਲ ਪ੍ਰਕਾਰ ਨੂੰ ਬਿਨਾ ਚੇਂਜ ਕੀਤੇ ਆ ਬੀ ਦੇ ਉੱਪਰ ਰੱਖਾਂਗੇ ਤੇ ਇੱਕ ਚਾਪ ਉੱਪਰ ਵੱਲ ਤੇ ਇੱਕ ਚਾਪ نیچے ਵੱਲ ਸੋ ਸਾਡੇ ਪਾਸੇ ਦੋ ਪੁਆਇੰਟਸ ਆ ਗਏ ਨੇ ਜਿਨ੍ਹਾਂ ਦੇ ਉੱਪਰ ਚਾਪਾਂ ਜਿਹੜੀਆਂ ਨੇ ਸਾਡੀਆਂ ਕੱਟ ਰਹੀਆਂ ਨੇ ਇਹਨਾਂ ਦੋਨਾਂ ਨੂੰ ਅਸੀਂ ਮਿਲਾ ਲਾਂਗੇ ਸੋ ਇਹਦੇ ਨਾਲ ਸਾਡਾ ਕੀ ਬਣ ਗਿਆ ਹੈ ਪਰਪੈਂਡੀਕੂਲਰ ਬਾਈਸੈਕਟਰ ਲੰਭ ਸੰਮ ਦੁਭਾਜਕ ਆਪ ਅਸੀਂ ਪੀ ਬੀ ਦਾ ਕੀ ਕਰ ਲਿਆ ਹੈ ਹਾਫ ਕਰ ਲਿਆ ਹੈ ਸਪੋਜ਼ ਇਹ ਸਾਡਾ ਪੁਆਇੰਟ ਕੀ ਹੈ ਐਮ ਸੋ ਅਸੀਂ ਹੁਣ ਕੀ ਕਰਨਾ ਹੈ ਐਮ ਨੂੰ ਕੇਂਦਰ ਮੰਨਣਾ ਹੈ ਐਮ ਤੋਂ ਬੀ ਤੱਕ ਪ੍ਰਕਾਰ ਖੋਲਣੀ ਹੈ ਭਾਵ ਐਮ ਬੀ ਨੂੰ ਅਸੀਂ ਅਰਧ ਵਿਆਸ ਲੈਣਾ ਹੈ ਤੇ ਇੱਕ ਅਰਧ ਚੱਕਰ ਦੀ ਰਚਨਾ ਕਰਨੀ ਹੈ ਸੈਮੀ ਸਰਕਲ ਦੀ ਸੋ ਐਮ ਦੇ ਉੱਪਰ ਪਲੇਸ ਕਰਾਂਗੇ ਕੰਪਾਸ ਨੂੰ ਬੀ ਤੱਕ ਓਪਨ ਕਰਨਾ ਹੈ ਤੇ ਇੱਕ ਸੈਮੀ ਸਰਕਲ ਅਰਧ ਚੱਕਰ ਬਣਾਉਣਾ ਹੈ ਇਹ ਬੀ ਤੇ ਪੀ ਦੇ ਵਿਚੋਂ ਦੀ ਜਾਣਾ ਚਾਹੀਦਾ ਹੈ ਸੋ ਇਹ ਪੀ ਦੇ ਵਿੱਚੋਂ ਦੀ ਜਾ ਰਿਹਾ ਹੈ ਸੈਮੀ ਸਰਕਲ ਹੋ ਗਿਆ ਸਾਡਾ ਅਰਧ ਚੱਕਰ ਨੈਕਸਟ ਸਟੈਪ ਦੇ ਵਿੱਚ ਅਸੀਂ ਕੀ ਕਰਨਾ ਹੈ ਜੋ ਸਾਡਾ ਪੁਆਇੰਟ A ਹੈ ਸਰਕਲ ਦੇ ਉੱਪਰ ਹੈ B ਦੇ ਵਿੱਚੋਂ ਦੀ ਤਾਂ ਆਲਰੇਡੀ ਸਾਡਾ ਸੈਮੀ ਸਰਕਲ ਆ ਜਿਹੜਾ ਅਰਧ ਚੱਕਰ ਹੋ ਜਾ ਰਿਹਾ ਹੈ ਜਿਹੜਾ ਪੁਆਇੰਟ A ਹੈ ਸਰਕਲ ਦੇ ਉੱਪਰ ਇਸ ਦੇ ਉੱਪਰ ਅਸੀਂ D ਦੀ ਸਹਾਇਤਾ ਦੇ ਨਾਲ ਇੱਕ 90 ਡਿਗਰੀ ਦੇ ਕੋਣ ਦੀ ਰਚਨਾ ਕਰਨੀ ਹੈ ਸੋ 90 ਡਿਗਰੀ ਦਾ ਕੋਣ ਬਣਾਉਣਾ ਹੈ ਅਸੀਂ ਬੜੇ ਹੀ ਧਿਆਨ ਦੇ ਨਾਲ ਸੋ ਇਹ ਸਾਡਾ ਹੋ ਗਿਆ ਏ 90 ਡਿਗਰੀ ਦਾ ਐਂਗਲ ਸਾਡਾ ਸੋ ਤੇ ਜੋ 90 ਡਿਗਰੀ ਦਾ ਐਂਗਲ ਅਸੀਂ ਬਣਾਵਾਂਗੇ ਪੁਆਇੰਟ A ਦੇ ਉੱਪਰ ਇਹ ਸਾਡੇ ਸੈਮੀ ਸਰਕਲ ਨੂੰ ਵੀ ਕੱਟੇਗਾ ਜੋ ਅਸੀਂ ਲਾਸਟ ਸਟੈਪ ਦੇ ਵਿੱਚ ਬਣਾਇਆ ਏ ਸੋ ਅਸੀਂ ਇਸ ਪੁਆਇੰਟ ਦਾ ਨੋ ਰੱਖ ਲੈਨੇ ਆ ਕੋਈ ਵੀ Q R S N ਸੋ ਅਸੀਂ ਇਹਨਾਂ ਲੈ ਲਿਆ ਸੋ ਸਪਰਸ਼ ਰੇਖਾ ਦੀ ਰਚਨਾ ਕਰਨ ਦੇ ਲਈ ਅਸੀਂ ਜੋ ਸਾਡੀ ਕੰਪਾਸ ਹੈ ਪਹਿਲਾਂ ਅਸੀਂ ਜਦੋਂ ਸਰਕਲ ਦੇ ਸੈਂਟਰ ਨੂੰ ਯੂਜ਼ ਕਰਦੇ ਸੀ ਅਸੀਂ M ਦੇ ਉੱਪਰ ਰੱਖਦੇ ਸੀ ਤੇ ਹੁਣ ਹੁਣ ਅਸੀਂ ਇਸ ਨੂੰ ਪੁਆਇੰਟ P ਦੇ ਉੱਪਰ ਪਲੇਸ ਕਰਨਾ ਹੈ M ਤੇ ਨਹੀਂ ਕਰਨਾ ਪਲੇਸ ਪੁਆਇੰਟ P ਦੇ ਉੱਪਰ ਪਲੇਸ ਕਰਨਾ ਹੈ ਤੇ ਇਸ ਨੂੰ N ਤੱਕ ਓਪਨ ਕਰਨਾ ਹੈ N ਪੁਆਇੰਟ ਇਨ ਤੱਕ ਮਾਪਣੇ ਮਾਪਣ ਤੋਂ ਬਾਅਦ ਚੱਕਰ ਦੇ ਉੱਪਰ ਅਸੀਂ ਜੋ ਸਾਡਾ ਪਹਿਲਾ ਚੱਕਰ ਹੈ ਉਹਦੇ ਉੱਪਰ ਅਸੀਂ ਦੋ ਚਾਪਾਂ ਲਗਾ ਦੇਣੀਆਂ ਨੇ ਇੱਕ ਉੱਪਰ ਵੱਲ ਤੇ ਇੱਕ ਨੀਚੇ ਵੱਲ ਇਹ ਸਾਡੇ ਦੋ ਚਾਪਾਂ ਹੋ ਗਈਆਂ ਨੇ ਸੋ ਇਹ ਸਾਡੇ ਸਪर्श ਬਿੰਦੂ ਹੋਣਗੇ ਸਪर्श ਰੇਖਾ ਦੇ ਪੀ ਤੋਂ ਜਦੋਂ ਅਸੀਂ ਸਪर्श ਰੇਖਾ ਦੀ ਰਚਨਾ ਕਰਾਂਗੇ ਸੋ ਇਹਨਾਂ ਦਾ ਨੌ ਰੱਖ ਲੈਨੇ ਆ ਅਸੀਂ ਕਿਉ ਤੇ ਆਰ ਸੋ ਪੀ ਨੂੰ ਅਸੀਂ ਕਿਉ ਦੇ ਨਾਲ ਮਿਲਾਣੇ ਆ ਇਹ ਸਾਡੀ ਪਹਿਲੀ ਸਪਰਸ਼ ਰੇਖਾ ਹੋਗੀ ਹੈ ਇਸੇ ਤਰ੍ਹਾਂ ਅਸੀਂ ਪੀ ਨੂੰ ਆਰ ਦੇ ਨਾਲ ਮਿਲਾਵਾਂਗੇ ਤਾਂ ਸਾਡੀ ਦੂਸਰੀ ਸਪਰਸ਼ ਰੇਖਾ ਬਣ ਜਾਏਗੀ ਸੋ ਇਸ ਕੁਐਸਚਨ ਦੇ ਵਿੱਚ ਸਾਨੂੰ ਵੰਗ ਦੀ ਸਹਾਈਤਾ ਨਾਲ ਚੱਕਰ ਬਣਾਉਣ ਲਈ ਕਿਹਾ ਗਿਆ ਸੀ ਭਾਵ ਸਾਨੂੰ ਚੱਕਰ ਦਾ ਜਿਹੜਾ ਕੇਂਦਰ ਸੀ ਉਹ ਨਹੀਂ ਸੀ ਪਤਾ ਸੋ ਅਸੀਂ ਇਸ ਕੁਐਸਚਨ ਦੇ ਵਿੱਚ ਚੱਕਰ ਦਾ ਜਿਹੜਾ ਕੇਂਦਰ ਹੈ ਉਹਨੂੰ ਯੂਜ਼ ਨਹੀਂ ਕੀਤਾ ਏ ਫਸਟ ਜੋ ਅਸੀਂ ਮੈਥਡ ਸਿੱਖਿਆ ਏ ਸੋ ਭਾਵ ਚੱਕਰ ਦੇ ਕੇਂਦਰ ਦੀ ਵਰਤੋਂ ਕਰੇ ਬਿਨਾ ਅਸੀਂ ਸਪਰਸ਼ ਰੇਖਾ ਦੀ ਰਚਨਾ ਕਰ ਸਕਦੇ ਹਾਂ ਜਦੋਂ ਅਸੀਂ ਪੀ ਤੋਂ ਕਊ ਤੇ ਪੀ ਤੋਂ ਆਰ ਨੂੰ ਮਾਪਾਂਗੇ ਤਾਂ ਇਹਨਾਂ ਦੀ ਜਿਹੜੀ ਲੰਬਾਈ ਆਏਗੀ ਉਹ ਬਰਾਬਰ ਆਏਗੀ ਕਿਉਂਕਿ ਬਾਹਰੀ ਬਿੰਦੂ ਤੋਂ ਖਿੱਚੀਆਂ ਗਈਆਂ ਸਪਰਸ਼ ਰੇਖਾਵਾਂ ਦੀ ਲੰਬਾਈ ਜਿਹੜੀ ਹੁੰਦੀ ਹੈ ਬਰਾਬਰ ਹੁੰਦੀ ਹੈ ਸੋ ਇਹ ਅਸੀਂ ਜੋ ਕੁਐਸਚਨ ਕੀਤਾ ਏ ਵਿਦਆਊਟ ਯੂਜ਼ਿੰਗ ਦਾ ਸੈਂਟਰ ਕੀਤਾ ਏ ਸੋ ਨੈਕਸਟ ਪਾਰਟ ਦੇ ਵਿੱਚ ਅਸੀਂ ਸਿੱਖਦੇ ਹਾਂ ਕਿ ਸੈਂਟਰ ਜਿਹੜਾ ਹੈ ਉਸ ਨੂੰ ਯੂਜ਼ ਕਰਕੇ ਸਪਰਸ਼ ਰੇਖਾ ਕਿਸ ਤਰ੍ਹਾਂ ਤਿਆਰ ਕਰਨੀ ਹੈ ਸੈਂਟਰ ਕਿਸ ਤਰ੍ਹਾਂ ਫਾਈਂਡ ਕਰਨਾ ਹੈ ਸੈਕੰਡ ਮੈਥਡ ਕੀ ਹੈ ਇਸ ਕੁਐਸਚਨ ਨੂੰ ਸੋਲਵ ਕਰਨ ਦਾ ਸੋ ਅਸੀਂ ਕੁਐਸਚਨ ਫਿਰ ਤੋਂ ਸਟਾਰਟ ਕਰਦੇ ਹਾਂ ਵੰਗ ਲੈਨੇ ਆ ਵੰਗ ਦੀ ਸਹਾਇਤਾ ਦੇ ਨਾਲ ਅਸੀਂ ਇੱਕ ਚੱਕਰ ਬਣਾਨੇ ਆ ਸੋ ਇਹ ਸਾਡਾ ਚੱਕਰ ਬਣ ਗਿਆ ਤੇ ਫਿਰ ਸਾਨੂੰ ਇਸ ਚੱਕਰ ਦਾ ਜਿਹੜਾ ਕੇਂਦਰ ਜੋ ਹੈ ਉਹ ਨਹੀਂ ਪਤਾ ਹੈ ਸੋ ਜੇਕਰ ਅਸੀਂ ਕੇਂਦਰ ਪਤਾ ਕਰ ਲਈਏ ਸੋ ਕੇਂਦਰ ਪਤਾ ਕਰਨ ਦੇ ਲਈ ਕੀ ਕਰਨਾ ਹੈ ਚੱਕਰ ਦੇ ਉੱਪਰ ਕਿਸੇ ਵੀ ਜਗ੍ਹਾ ਕੋਈ 3 ਪੁਆਇੰਟ ਲੈਣੇ ਨੇ ਸਪੋਜ਼ ਪੁਆਇੰਟ A ਪੁਆਇੰਟ B ਤੇ ਪੁਆਇੰਟ C ਤੇ ਇਹਨਾਂ ਤਿੰਨਾਂ ਪੁਆਇੰਟਸ ਨੂੰ ਆਪਸ ਦੇ ਵਿੱਚ ਮਿਲਾ ਲੈਣਾ ਭਾਵ ਅਸੀਂ ਦੋ ਕਾਰਡਸ ਲੈਣੀਆਂ ਨੇ ਚੱਕਰ ਦੀਆਂ ਦੋ ਜੀਵਾਵਾਂ ਲੈਣੀਆਂ ਨੇ ਉਹ ਕਿਸੇ ਵੀ ਜਗ੍ਹਾ ਲੈ ਸਕਦੇ ਹਾਂ ਸੋਏ ਮੇਰੇ ਪਾਸ ਏ ਬੀ ਤੇ ਬੀ ਸੀ ਚੱਕਰ ਦੀਆਂ ਦੋ ਜੀਵਾਵਾਂ ਦੋ ਕਾਰਡਸ ਬਣ ਗਈਆਂ ਨੇ ਸੋ ਜੋ ਕਿਸੇ ਵੀ ਜੀਵਾ ਦਾ ਲੰਬ ਸਮਦੁਭਾਜਕ ਹੁੰਦਾ ਏ ਉਹ ਚੱਕਰ ਦੇ ਕੇਂਦਰ ਦੇ ਵਿੱਚੋਂ ਦੀ ਹੋ ਕੇ ਜਾਂਦਾ ਏ ਸੋ ਤੁਸੀਂ 4 ਪੁਆਇੰਟ ਲੈ ਕੇ ਵੀ ਦੋ ਜੀਵਾ ਮ ਬਣਾ ਸਕਦੇ ਹਾਂ ਮੈਂ ਤਿੰਨ ਪੁਆਇੰਟਾਂ ਦੇ ਨਾਲ ਬਣਾਈਆਂ ਨੇ ਸੋ ਲੰਬ ਸਮਦ ਭਜ ਖੇਚਣ ਦੇ ਲਈ ਅਸੀਂ b ਦੇ ਉੱਪਰ ਪ੍ਰਕਾਰ ਰੱਖਾਂਗੇ ਅੱਧੇ ਤੋਂ ਜ਼ਿਆਦਾ ਖੋਲਾਂਗੇ ਇੱਕ ਚਾਪ ਉੱਪਰ ਵੱਲ ਤੇ ਇੱਕ ਚਾਪ ਨੀਚੇ ਵੱਲ ਤੇ ਉਹਨਾਂ ਹੀ ਓਪਨ ਕਰਕੇ ਪੁਆਇੰਟ a ਤੇ ਰੱਖ ਕੇ ਇੱਕ ਚਾਪ ਉੱਪਰ ਵੱਲ ਤੇ ਇੱਕ ਚਾਪ ਨੀਚੇ ਵੱਲ ਸੋ ਅਸੀਂ ਨਾ ਦੋਨੇ ਬਿੰਦੂਆਂ ਨੂੰ ਮਿਲਾ ਲੈਨੇ ਆ ਤਾਂ ਇਸ ਤਰ੍ਹਾਂ ਅਸੀਂ ab ਜਿਹੜੀ ਕਾਰਡ ਹੈ ਸਾਡੀ ab ਜੋ ਸਾਡੀ ਜੀਵਾ ਹੈ ਇਹਦੀ ਅਸੀਂ ਲੰਬ ਸਮਦੁਭਾਜਕ ਬਣਾ ਲਿਆ ਹੈ ਭਾਵ ਇਸ ਲੰਬ ਸਮਦੁਭਾਜਕ ਦੇ ਉੱਪਰ ਕਿਤੇ ਕੇਂਦਰ ਹੈ ਇਸੇ ਤਰ੍ਹਾਂ ਅਸੀਂ BC ਦਾ ਲੰਬ ਸਮਦੁਭਾਜਕ ਖਿੱਚ ਲੈਨੇ ਆ ਭਾਵ BC ਦਾ ਜਿਹੜਾ ਲੰਬ ਸਮਦੁਭਾਜਕ ਹੋਏਗਾ ਉਹ AB ਦੇ ਲੰਬ ਸਮਦੁਭਾਜਕ ਨੂੰ ਕੱਟੇਗਾ ਤਾਂ ਜਿੱਥੇ ਕੱਟੇਗਾ ਉਹ ਸਾਡਾ ਕੇਂਦਰ ਹੋਏਗਾ ਕਿਉਂਕਿ ਜਿਹੜਾ ਕੇਂਦਰ ਹੁੰਦਾ ਹੈ ਉਹ ਲੰਬ ਸਮਦੁਭਾਜਕ ਦੇ ਉੱਪਰ ਕਿਤੇ ਸਥਿਤ ਹੁੰਦਾ ਹੈ ਸੋ ਇਹ ਸਾਡਾ ਜਿਹੜਾ BC ਦਾ ਲੰਬ ਸਮਦ ਭਾਜਕ ਹੈ ਅੱਧੇ ਤੋਂ ਜ਼ਿਆਦਾ ਪ੍ਰਕਾਰ ਖੋਲ ਕੇ ਉੱਪਰ-ਨੀਚੇ ਦੋ ਚਾਪਾਂ ਲਗਾ ਕੇ ਅਸੀਂ ਤਿਆਰ ਕਰ ਲਿਆਏ ਸੋ ਜਦੋਂ ਅਸੀਂ ਨਾ ਦੋਨੇ ਬਿੰਦੂਆਂ ਨੂੰ ਮਿਲਾਵਾਂਗੇ ਜਿੱਥੇ ਦੋਵੇਂ ਚਾਪਾਂ ਸਾਡੀਆਂ ਕਟੀਆਂ ਨੇ ਤਾਂ ਸਾਡਾ BC ਦਾ ਲੰਬ ਸਮਦ ਭਾਜਕ ਜਿਹੜਾ ਹੈ ਉਹ ਤਿਆਰ ਹੋ ਜਾਏਗਾ ਸੋ ਇਹ AB ਦੇ ਲੰਬ ਸਮਦ ਭਾਜਕ ਨੂੰ ਕੱਟ ਰਿਹਾ ਹੈ ਜੇਕਰ ਮੈਂ ਧਿਆਨ ਨਾਲ ਦੇਖਾਂ ਤਾਂ ਜਿੱਥੇ ਕੱਟ ਰਿਹਾ ਹੈ ਉਹ ਸਾਡਾ ਕੀ ਹੈ ਚੱਕਰ ਦਾ ਕੇਂਦਰ ਸੈਂਟਰ ਸੋ ਭਾਵ ਅਸੀਂ ਇਸ ਵਿਧੀ ਦੇ ਨਾਲ ਕਿਸੇ ਚੱਕਰ ਦਾ ਕੇਂਦਰ ਵੀ ਪਤਾ ਕਰ ਸਕਦੇ ਹਾਂ ਜੇਕਰ ਅਸੀਂ ਕਿਸੇ ਚੱਕਰ ਦਾ ਸੈਂਟਰ ਪਤਾ ਕਰਨਾ ਚਾਹੀਏ ਸੋ ਹੁਣ ਅਸੀਂ ਬਾਹਰ ਇੱਕ ਪੁਆਇੰਟ ਪੀ ਲੈ ਲੈਂਦੇ ਹਾਂ ਇਹ ਆਲਮੋਸਟ ਅਸੀਂ ਪਹਿਲਾਂ ਕੁਐਸਚਨ ਕਰ ਚੁੱਕੇ ਹਾਂ ਕੁਇਕਲੀ ਅਸੀਂ ਇਹ ਕੁਐਸਚਨ ਕਰ ਲੈਣੇ ਹਾਂ ਸੋ ਬਾਹਰ ਇੱਕ ਪੁਆਇੰਟ ਪੀ ਲੈ ਲਿਆ ਅਸੀਂ ਇਹਨੂੰ ਅਸੀਂ ਸੈਂਟਰ ਦੇ ਨਾਲ ਮਿਲਾਉਣੇ ਆ ਸੋ OP ਨੂੰ ਮਿਲਾ ਲਓ ਤੇ OP ਨੂੰ ਮਿਲਾਉਣ ਤੋਂ ਬਾਅਦ ਅਸੀਂ ਕੀ ਕਰਨਾ ਹੈ OP ਦਾ ਲੰਬ ਸਮਦੁਭਾਜਕ ਭਾਵ OP ਦਾ ਪਰਪੈਂਡੀਕੂਲਰ ਬਾਈਸੈਕਟਰ ਡਰਾ ਕਰਨਾ ਹੈ ਅੱਧੇ ਤੋਂ ਜ਼ਿਆਦਾ ਪ੍ਰਕਾਰ ਓਪਨ ਕਰਨੀਆਂ ਹੈ P ਦੇ ਉੱਪਰ ਪਲੇਸ ਕਰਨਾ ਹੈ ਉੱਪਰ ਤੇ ਨੀਚੇ ਵੱਲ ਦੋ ਚਾਪਾਂ ਲਗਾਉਣੀਆਂ ਨੇ ਪ੍ਰਕਾਰ ਨੂੰ ਬਿਨਾਂ ਬਦਲਿਆਂ ਓਦੇ ਉੱਪਰ ਰੱਖਣਾ ਹੈ ਉੱਪਰ ਤੇ ਨੀਚੇ ਵੱਲ ਫਿਰ ਤੋਂ ਦੋ ਚਾਪਾਂ ਲਗਾ ਦੇਣੀਆਂ ਨੇ ਜਿਹੜੀਆਂ ਪਹਿਲਾਂ ਵਾਲੀਆਂ ਚਾਪਾਂ ਨੂੰ ਕੱਟਣਗੀਆਂ ਆਪਾਂ ਇਹਨਾਂ ਦੋਵੇਂ ਬਿੰਦੂਆਂ ਨੂੰ ਮਿਲਾ ਲੈਣੇ ਆ ਤੇ OP ਦਾ ਜਿਹੜਾ ਲੰਬ ਸੰਦੁਭਾਜਕ ਹੈ ਪਰਪੈਂਡੀਕਲਰ ਬਾਈਸੈਕਟਰ ਹੈ ਉਹ OP ਨੂੰ ਜਿਸ ਪੁਆਇੰਟ ਤੇ ਕੱਟੇਗਾ ਉਸ ਦਾ ਨਾਂ ਅਸੀਂ ਲੈ ਲੈਨੇ ਆ M ਸੋ ਇਹ ਸਾਡਾ ਪੁਆਇੰਟ ਕਿਹਾ ਗਿਆ ਏ M ਸੋ M ਦੇ ਉੱਪਰ ਪ੍ਰਕਾਰ ਰੱਖਣੀ ਹੈ ਭਾਵ M ਨੂੰ ਸੈਂਟਰ ਮੰਨਣਾ ਹੈ ਕੇਂਦਰ ਮੰਨਣਾ ਹੈ ਇਸ ਨੂੰ O ਤੱਕ ਖੋਲਣਾ ਹੈ ਭਾਵ M ਤੋਂ O ਤੱਕ ਅਸੀਂ ਅਰਧ ਵਿਆਸ ਲੈਣਾ ਹੈ ਜਾਂ M ਤੋਂ P ਤੱਕ ਅਰਧ ਵਿਆਸ ਲੈਣਾ ਹੈ ਤੇ ਇੰਨੀ ਪ੍ਰਕਾਰ ਖੋਲ ਕੇ ਚੱਕਰ ਦੇ ਉੱਪਰ ਤੇ ਨੀਚੇ ਵੱਲ ਦੋ ਚਾਪਾਂ ਲਗਾ ਦੇਣੀਆਂ ਨੇ ਇਹ ਜੋ ਬਿੰਦੂ ਹੋਣਗੇ ਸਾਡੇ ਸਪਰਸ਼ ਬਿੰਦੂ ਹੋਣਗੇ ਭਾਵ P ਤੋਂ Q ਤੇ P ਤੋਂ R ਇਹ ਸਾਡੀਆਂ ਦੋ ਸਪਰਸ਼ ਰੇਖਾਵਾਂ ਬਣ ਜਾਣਗੀਆਂ P ਤੋਂ Q ਤੇ P ਤੋਂ R ਸੋ ਇਹ ਦੂਸਰੀ ਟੈਕਨੀਕ ਹੈ ਜਿਸ ਦੇ ਨਾਲ ਅਸੀਂ ਸਪਰਸ਼ ਰੇਖਾਵਾਂ ਦੀ ਰਚਨਾ ਕਰ ਸਕਦੇ ਹਾਂ ਜਿਸ ਦੇ ਵਿੱਚ ਅਸੀਂ ਚੱਕਰ ਦਾ ਜਿਹੜਾ ਕੇਂਦਰ ਹੈ ਉਹ ਯੂਜ਼ ਕੀਤਾ ਹੈ ਪਹਿਲਾਂ ਅਸੀਂ ਚੱਕਰ ਦਾ ਕੇਂਦਰ ਪਤਾ ਕੀਤਾ ਹੈ ਤੇ ਉਸ ਨੂੰ ਯੂਜ਼ ਕਰਕੇ ਪਹਿਲੇ ਪ੍ਰਸ਼ਨਾਂ ਦੇ ਵਾਂਗ ਸਪਰਸ਼ ਰੇਖਾ ਦੀ ਰਚਨਾ ਕੀਤੀ ਹੈ ਸੋ ਜੇਕਰ ਵੀਡੀਓ ਅੱਛੀ ਲੱਗੇ ਦੋਵੇਂ ਮੈਥਡ ਤੁਹਾਨੂੰ ਸਮਝ ਆਏ ਹੋਣ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਇਹ ਜੋ ਅਸੀਂ ਮੈਥਡ ਸਿੱਖਿਆ ਹੈ ਇਹ ਅਸੀਂ ਯੂਜ਼ਿੰਗ ਦੀ ਸੈਂਟਰ ਅਸੀਂ ਸੈਂਟਰ ਨੂੰ ਯੂਜ਼ ਕੀਤਾ ਹੈ ਹੋਰ ਵੀ ਬਧੇਰੇ ਵੀਡੀਓਜ਼ ਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਤੇ ਆਉਣ ਲਈ ਧੰਨਵਾਦ